ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਬੜੇ ਮਾਯੂਸ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ। ਸਿੱਧੂ ਧੜਾ ਬੜੀ ਤੇਜ਼ੀ ਨਾਲ, ਬੜੀ ਰਫਤਾਰ ਨਾਲ ਗਿਆ ਸੀਗਾ ਕਿ ਲਾ ਦਿਓ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ, ਪਰੰਤੂ ਉੱਥੋਂ ਹਰੀਸ਼ ਰਾਵਤ ਨੇ ਜੋ ਸੁਣਾਈਆਂ ਨੇ ਮੁਲਾਕਾਤ ਤੋਂ ਬਾਅਦ, ਉਹਦੇ 'ਤੇ ਤੁਹਾਡਾ ਨਜ਼ਰੀਆ, ਭਾਵੇਂ ਕਿ ਅਜੇ ਸ਼ੁਰੂਆਤ ਹੈ, ਅੱਗੇ ਅੱਗੇ ਦੇਖੀਏ ਹੋਤਾ ਹੈ ਕਿਆ, ਕੀ ਕਹਿਣਾ ਚਾਹੋਗੇ? ਇਹ ਦੇਖੋ, ਜਿਹੜੀਆਂ ਪੁਰਾਣੀਆਂ ਜੰਗਾਂ ਲੜੀਆਂ ਜਾਂਦੀਆਂ ਸੀਗੀਆਂ ਨਾ, ਤਾਂ ਉਹਦਾ ਨਤੀਜਾ ਐ ਨਹੀਂ ਸੀ ਨਿਕਲਦਾ। ਉਹ ਮਤਲਬ ਕਿ ਅੱਜ ਫਲਾਣੀ ਫੌਜ ਫਲਾਣਾ ਦਿਨ ਜਿੱਤ ਗਈ ਆ, ਅਗਲਾ ਦਿਨ ਹੋ ਸਕਦਾ ਬੀਬੀ ਜਿੱਤ ਜਾਵੇ। ਉਹ ਲੰਬੀ ਜੰਗ ਚੱਲਦੀ ਸੀ, ਇਹਨਾਂ ਦਾ ਵੀ ਇਹੀ ਆ ਕਿ ਇੱਕ ਦਿਨ ਕੋਈ ਫੌਜ ਜਿੱਤੀ ਜਾਂਦੀ ਆ, ਦੂਜੇ ਦਿਨ ਕੋਈ ਫੌਜ ਹਾਵੀ ਹੋ ਜਾਂਦੀ ਆ। ਕੱਲ ਇਸ ਤਰ੍ਹਾਂ ਲੱਗਦਾ ਸੀਗਾ ਕਿ ਨਵਜੋਤ ਸਿੱਧੂ ਹੀ ਲੈ ਗਏ ਵੀ ਲੈ ਗਏ ਖਿੱਚ ਕੇ, ਅੱਜ ਉਹਨਾਂ ਨੇ ਕਿਤੇ ਨਾ ਕਿਤੇ ਜ਼ੋਰ ਫੜ ਲਿਆ ਵਾ। ਤੋ ਇਹ ਇਸੇ ਤਰ੍ਹਾਂ ਹੀ ਕਹਿ ਲਓ ਕਿ ਖਿੱਚ ਤਾਂ ਚੱਲੀ ਜਾਣੀ ਆ। ਬਹਰਹਾਲ ਖੁਦ ਮੈਨੂੰ ਲੱਗਦਾ ਕਿ ਸਿੱਧੂ ਧੜੇ ਵਾਲੇ ਵੀ ਕੁਛ ਬੰਦੇ ਕਨਫਿਊਜ਼ ਹੋ ਗਏ ਆ। ਸੁਖਜਿੰਦਰ ਰੰਧਾਵਾ ਪੋਸਟ ਪਾਉਂਦੇ ਨੇ ਕਿ ਕੈਪਟਨ ਨੂੰ ਬਾਈ ਵਾਸਤੇ ਐਲਾਨਣ ਲਈ ਅਸੀਂ ਹਾਈਕਮਾਨ ਦਾ ਧੰਨਵਾਦ ਕਰਨੇ ਆ, ਪਰ ਬਾਅਦ ਦੇ ਵਿੱਚ ਨਾਲ ਦੀ ਨਾਲ ਉਹ ਡਿਲੀਟ ਵੀ ਹੋ ਜਾਂਦੀ ਆ ਪੋਸਟ। ਹੁਣ ਪਤਾ ਨੀ ਉਹ ਕੀ ਨਾਜ਼ਰ ਆ। ਉਹ ਕਾਫੀ ਕਹਿ ਲਓ ਕਿ ਕਨਫਿਊਜ਼ਨ ਕ੍ਰੀਏਟ ਹੋਈ ਪਈ ਆ ਲੋਕਾਂ ਦੇ ਵਿੱਚ ਵੀ, ਤੇ ਜਿਹੜੇ ਤਰ੍ਹਾਂ ਦੇ ਪੋਲੀਟੀਕਲ ਮਹਾਰਥੀ ਆ ਉਹ ਖੁਦ ਵੀ ਦੁਬਦਾ ਚ ਹੀ ਨਜ਼ਰ ਆ ਰਹੇ ਆ। ਕਿਉਂਕਿ ਕਿਤੇ ਲੱਗਦਾ ਹੈ ਕਿ ਹਾਂ ਅਮਰਿੰਦਰ ਸਿੰਘ ਬਿਲਕੁਲ ਖੂਹ ਦੇ ਉੱਤੇ ਹੀ ਖਲੋਤਾ ਵਾ, ਧੱਕਾ ਮਾਰ ਦਈਏ। ਕਦੇ ਉਹ ਡਰ ਵੀ ਜਾਂਦੇ ਆ, ਕੁਛ ਵਿਧਾਇਕ ਜਿਹੜੇ ਆ ਉਹ ਡਰੇ ਵੀ ਪਏ ਆ ਕਿ ਅਮਰਿੰਦਰ ਸਾਡਾ ਨੁਕਸਾਨ ਕਰੇਗਾ। ਤੋ ਬਹਿਰਾਲ ਇਹ ਦੇਖੋ ਲੰਬਾ ਹੀ ਚੱਲੇਗਾ ਕੰਮ, ਮੈਨੂੰ ਨੀ ਲੱਗਦਾ। ਜਿੱਦਾਂ ਅੱਜ ਉੱਥੋਂ ਹਰੀਸ਼ ਰਾਵਤ ਨੇ ਮੋੜ ਦਿੱਤਾ ਕਹਿ ਕੇ, ਉਹ ਕਿਹੜਾ ਕੋਈ ਸਿਆਣੀ ਗੱਲ ਨਹੀਂ ਹੈ। ਜਿਸ ਤਰ੍ਹਾਂ ਨਾਲ ਤੋੜ ਕੇ ਜਵਾਬ ਦੇ ਦਿੱਤਾ ਕਿ ਨਹੀਂ ਜੀ ਕੈਪਟਨ ਅਮਰਿੰਦਰ ਸਿੰਘ 2022 ਵਾਸਤੇ ਹੋਏਗਾ, ਆਹ ਗੱਲ ਤਾਂ ਤੁਸੀਂ ਇਹਨਾਂ ਦੇ ਜ਼ਿਹਨ 'ਚ ਪਹਿਲਾਂ ਹੀ ਬਿਠਾ ਦਿੰਦੇ। ਜਿੱਦਣ ਤੁਸੀਂ 2 ਮਹੀਨੇ ਉੱਥੇ ਜਿਸ ਤਰ੍ਹਾਂ ਆਮ ਜਵਾਕ ਦੀ ਟਿਊਸ਼ਨ ਰੱਖੀ ਹੁੰਦੀ ਆ, ਇੰਨੇ ਵਜੇ ਆ ਜੀ, ਅੱਜ ਇੰਨੇ ਵਜੇ ਆ ਜੀ, ਅੱਜ ਇੱਥੇ ਜਾਣਾ ਟੀਚਰ ਨੇ ਇੰਨੇ ਵਜੇ ਆ ਜੀ, ਉੱਥੇ ਬੁਲਾ ਬੁਲਾ ਕੇ ਤੇ ਕੀਤਾ ਕੀ ਜੇ ਗੱਲ, ਤੇ ਫਿਰ ਉੱਥੇ ਵੀ ਉੱਥੇ ਆ। ਤੁਸੀਂ ਉੱਦਣ ਹੀ ਕਹਿ ਦਿਓ ਕਿ ਹਾਂ ਭਾਈ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਜੇ ਬਦਲਿਆ ਜਾਣਾ, ਤੁਹਾਨੂੰ ਚੁੱਪ ਕਰਕੇ ਕੰਮ ਕਰਨਾ ਪੈਣਾ ਹੈ, ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਉਹ ਇਹਦੇ ਤੋਂ ਅਸੀਂ ਪੂਰੀਆਂ ਕਰਵਾ ਲਾਂਗੇ ਭਾਈ। ਜਵਾਬ 2-3 ਨੇ ਅੱਜ ਕਰ ਦਿੱਤਾ, ਮਤਲਬ ਕਿ 20 ਵਿਧਾਇਕ ਉੱਠ ਕੇ ਇਸ ਤਰ੍ਹਾਂ ਤਖਤਾ ਪਲਟਣ ਤੁਰ ਪਏ ਸੀ, ਕੀ ਇਹ ਅਨੁਸ਼ਾਸਨ ਹੈ? ਤੁਸੀਂ ਘੱਟੋ ਘੱਟ ਵਿਧਾਇਕ ਦਲ ਦੀ ਕੋਈ ਮੀਟਿੰਗ ਸੱਦ ਲਓ, ਮੀਟਿੰਗ ਸੱਦ ਕੇ ਕੋਈ ਮਤਾ ਪਾਓ ਕਿ ਏਜੰਡਾ ਲਿਆਓ ਕਿ ਹਾਂ ਭਾਈ ਸਾਨੂੰ ਮੰਗ ਕਰਨੀ ਚਾਹੀਦੀ ਆ AICC ਤੋਂ ਕਿ ਹਾਂ ਭਾਈ ਸਾਡੀ ਲੀਡਰਸ਼ਿਪ ਦੇ ਵਿੱਚ ਬਦਲਾ ਲਿਆਓ। ਆਹੀ ਪ੍ਰੋਸੀਜਰ ਹੁੰਦਾ ਨਾ। ਬਿਲਕੁਲ ਬਿਲਕੁਲ। ਤਾਂ ਕਹਿਣ ਦਾ ਮਤਲਬ ਕਿ ਜਿਹੜੀਆਂ 8-8 ਵੱਜ ਰਹੀਆਂ ਕਿ ਇਹਨੇ ਕਰ ਦਿੱਤਾ। ਦੇਖੋ ਇਹ ਸਾਰਾ ਕੁਛ ਹੁੰਦਾ ਨਾ ਜਿਹੜਾ ਰਾਜਨੀਤੀ ਚ ਆਪਦੀ ਖਲੜੀ ਬਚਾਉਣ ਵਾਸਤੇ ਹੁੰਦਾ, ਹੁਣ ਸਾਰਾ ਕੁਛ ਇਹਦੇ ਤੇ ਸੁੱਟ ਦਿਓ ਅਮਰਿੰਦਰ ਤੇ ਆਪ ਲੋਕਾਂ ਚ ਵੜਨ ਜੋਗਰੇ ਹੋ ਜਾਓ। ਤਾਂ ਇਸ ਕਰਕੇ ਹੁਣ ਦੂਜੇ ਵੀ ਅੱਜ ਪਰਨੀਤ ਕੌਰ ਨੇ ਵੀ PC ਕੀਤੀ ਆ, ਤੇ ਦੂਸਰਾ ਧੜਾ ਵੀ ਜਿਹੜਾ ਪੂਰਾ ਐਕਟਿਵ ਹੋਇਆ, ਸੋ ਇਹ ਖਿੱਚਤਾਨ ਚੱਲੇਗੀ, ਲੰਬੀ ਚੱਲੇਗੀ। ਬਿਲਕੁਲ ਬਿਲਕੁਲ ਬਿਲਕੁਲ। ਔਰ ਗੱਲ ਇਹ ਹੈ ਕਿ ਭਾਵੇਂ ਕਿ ਇਹ ਹੁਣ ਆਪਣੇ ਗੋਲ ਮੋਲ ਕਰਨਗੇ ਬਿਆਨ ਕਿ ਅਸੀਂ ਜੀ ਮਿਲਣ ਗਏ ਸੀ, ਮੰਗਾਂ ਲੈ ਕੇ ਗਏ ਸੀ, ਅਸੀਂ ਤਾਂ ਤਖਤਾ ਪਲਟਣ ਦੀ ਤਾਂ ਗੱਲ ਹੀ ਕੋਈ ਨਹੀਂ ਕੀਤੀ, ਕਿਸੇ ਨੇ ਦਿੱਤਾ ਬਿਆਨ। ਚਲੋ ਇਹੋ ਜਿਹੀਆਂ ਖਬਰਾਂ ਆਉਣ ਤੇ ਸਾਡਾ ਵੀ ਜਿਹੜਾ ਹੈ ਉਹ ਇੰਝ ਕਹਿ ਲਓ ਕਿ ਰੌਣਕ ਮੇਲਾ ਜਿਹਾ ਲੱਗਾ ਰਹਿੰਦਾ, ਆਪਾਂ ਵੀ ਚਰਚਾ ਕਰਦੇ ਰਹਿੰਦੇ ਹਾਂ। ਜੇ ਕੁਛ ਕਰਨਗੇ ਨਾ ਤਾਂ ਫਿਰ ਆਪਾਂ ਚਰਚਾ ਕਿਵੇਂ ਕਰਾਂਗੇ? ਜਿਵੇਂ ਹੁਣ ਗੁਰਦਾਸ ਮਾਨ ਨੇ ਆਪਣੇ ਮਤਲਬ ਕੁੱਕੜ ਖੇਡ ਆਈ ਅਤੇ ਆਪਣੇ ਸਿਰ ਪਾਈ, ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿੱਚ ਆ, ਉਹ ਇਸ ਗੱਲ ਦੇ ਪੈਸੇ ਕਮਾਈ ਜਾਂਦਾ ਕਿ ਯੂਟਿਊਬ ਨੇ ਉਹਨੂੰ ਮਤਲਬ ਲੋਕਾਂ ਨੇ ਐਨ ਵੇਖੋ ਵੇਖੀ ਸ਼ੇਅਰ ਕਰ ਦੇਣਾ, ਅਤੇ ਉਹਨੇ ਕਿਹੜੇ ਟਵੀਟ ਪੜ੍ਹਨੇ ਨੇ ਉਹਦੇ ਇੱਕ ਦੋ ਬੰਦੇ ਨੇ ਦੱਸ ਦੇਣਾ ਵੀ ਬਾਬਾ ਜੀ ਗੱਲ ਇਹ ਆ ਕਿ ਵੀ ਹੁਣ ਤੁਸੀਂ ਮਾਫ਼ੀ ਮੰਗ ਲਓ, ਚਲੋ ਮਾਫ਼ੀ ਮੰਗ ਲਈ ਹੈ, ਉਹਦੇ ਵੀ ਉਹਨੇ ਪੈਸੇ ਕਮਾ ਲੈਣੇ ਨੇ। ਹਾਂਜੀ, ਇਹਨੂੰ ਕਹਿੰਦੇ ਆ ਉਹ ਮਤਲਬ ਸ਼ਰਮ ਦੀ ਢੂਈ 'ਤੇ ਰੱਖੂਗਾ, ਕਹਿੰਦਾ ਛਾਵੇਂ ਬਵਾਂਗੇ। ਸੋ ਇਹੋ ਜਿਹੇ ਲੋਕ ਜਿਹੜੇ ਨੇ ਇਹੋ ਜਿਹੀਆਂ ਹਰਕਤਾਂ ਕਰਨਗੇ ਤਾਂ ਫਿਰ ਹੀ ਪੁੱਠੇ ਸਿੱਧੇ ਬਿਆਨ ਦੇਣਗੇ ਅਤੇ ਸਾਨੂੰ ਤੁਹਾਨੂੰ ਜਿਹੜਾ ਗੱਲ ਕਰਨ ਦਾ ਮੌਕਾ ਮਿਲੂਗਾ। ਆਓ, ਦੁਨੀਆ ਭਰ ਦੇ ਵਿੱਚ ਜੇ ਅਸੀਂ ਕਾਰਪੋਰੇਟ ਅਦਾਰੇ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਉਹਨਾਂ ਦਾ ਪਲੜਾ ਭਾਰੀ ਰਿਹਾ ਅਤੇ ਭਾਰੀ ਰਹਿੰਦਾ ਵੀ ਰਿਹਾ ਅਤੇ ਰਹੇਗਾ ਵੀ। ਵੈਸੇ ਅਸੀਂ ਅੰਨਦਾਤੇ ਨੂੰ ਬੜਾ ਪੂਜਦੇ ਹਾਂ, ਕਈਆਂ ਥਾਵਾਂ ਦੇ ਉੱਤੇ ਉਹਨਾਂ ਦੇ ਮਤਲਬ ਸਤਿਕਾਰ ਵੀ ਕੀਤਾ ਜਾਂਦਾ, ਪਰ ਅੰਨਦਾਤਾ ਕੋਈ ਵੀ ਹੈ ਕਿਸੇ ਤਰੀਕੇ ਦੇ ਨਾਲ ਵੀ ਹੈ, ਜਿਹੜਾ ਕਾਰਪੋਰੇਟ ਜਗਤ ਹੈ ਉਹ ਹਮੇਸ਼ਾ ਹੈਵੀ ਰਿਹਾ। ਸੇਬ ਉਤਪਾਦਕਾਂ ਦਾ ਮਾਮਲਾ ਚੱਲ ਰਿਹਾ ਸੀ, ਉਹਦੇ 'ਤੇ ਇੱਕ ਵਾਰ ਫਿਰ ਤੋਂ ਅਡਾਨੀ ਗਰੁੱਪ ਨੇ ਝਟਕਾ ਦਿੱਤਾ ਹੈ, ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਇਹ ਹਿਮਾਚਲ ਦੇ ਵਿੱਚ ਆ ਜਿਹੜੇ ਬਾਗ ਆ ਸੇਬਾਂ ਦੇ,
ਤੇ ਉਹ ਹੁਣ ਇਸ ਟਾਈਮ ਬਹੁਤ ਵੱਡੇ ਸਦਮੇ ਦੇ ਵਿੱਚ ਚਲੇ ਗਏ ਆ, ਕਿਉਂਕਿ ਪਿਛਲੇ ਸਾਲ ਦੇ ਮੁਤਾਬਕ ਜੀ ਭਾਅ ਵਿੱਚ ਹੀ ਤੇ ਇਹਨਾਂ ਨੇ ਤੋੜ ਦਿੱਤੇ ਆ, ਤਕਰੀਬਨ 16 ਰੁਪਈਏ ਟੁੱਟ ਗਿਆ ਭਾਅ ਇੱਕ ਵਾਰੀ। ਜਦਕਿ ਇੱਥੇ ਆਪਾਂ ਨੂੰ ਵੀ ਪਤਾ ਕਿ ਕੁਛ ਵੀ ਤੁਸੀਂ ਕਰੋ, ਚਾਹੇ ਕਾਰਖਾਨੇਦਾਰ ਹੋ ਚਾਹੇ ਤੁਸੀਂ ਕਿਸਾਨ ਹੋ, ਤਾਂ ਤੁਹਾਡੀ ਜਿਹੜੀ ਹੁੰਦੀ ਆ ਕੋਸਟ, ਜਿਹੜੀ ਆਪਾਂ ਕਹਿ ਲਈਏ ਕਿ ਪ੍ਰੋਡਕਸ਼ਨ ਦੀ ਕੋਸਟ ਹੁੰਦੀ ਆ, ਉਹ ਹਰੇਕ ਸਾਲ ਵੱਧਦੀ ਜਾਂਦੀ ਆ, ਆਟੋਮੈਟਿਕਲੀ ਵੱਧ ਜਾਂਦੀ ਆ। ਤਾਂ ਉਹ ਰੇਟ ਜਿਹੜੇ ਆ ਤੋੜੇ ਜਾ ਰਹੇ ਆ, ਮਤਲਬ ਕਿ ਸੇਬ ਵੀ ਕਈ ਪ੍ਰਕਾਰ ਦੇ ਹੁੰਦੇ ਆ, ਪਰ ਜਿਹੜਾ ਇਹਨਾਂ ਨੇ ਰੇਟ ਦਿੱਤਾ ਉਹ ਮੇਰੇ ਖਿਆਲ ਦੇ ਨਾਲ 80 ਤੋਂ 100% ਜਿਹੜਾ ਰੰਗ ਵਾਲਾ ਐਕਸਟਰਾ ਲਾਰਜ ਸੇਬ ਆ ਉਹਦਾ 52 ਤੇ ਲਾਰਜ ਦਾ ਮੀਡੀਅਮ ਦਾ ਸਮਾਲ ਦਾ 72 ਰੁਪਏ ਇਸ ਤਰ੍ਹਾਂ ਮਤਲਬ ਕਿ ਖਰੀਦ ਦਾ ਉਹਨਾਂ ਨੇ ਕਿਹਾ ਵਾ। ਤੇ ਜਦਕਿ ਦੂਜੇ ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਇਹੀ ਰੇਟ ਜਿਹੜਾ ਇਹਨਾਂ ਨੇ ਐਤਕੀ 52 ਦਿੱਤਾ ਉਹ 68 ਰੁਪਈਏ ਸੀਗਾ। ਤੇ ਦੇਖੋ ਉੱਥੇ ਹੁਣ ਜੇ ਆਪਾਂ ਦੇਖਦੇ ਹਾਂ ਜਿੱਦਾਂ ਬਾਗ ਨੇ ਸੇਬਾਂ ਦੇ, ਇਹਨੂੰ ਤੁਸੀਂ ਇਸ ਚੀਜ਼ ਦੇ ਨਾਲ ਹੁਣ ਤੁਲਨਾਤਮਕ ਤੌਰ ਤੇ ਵੇਖ ਸਕਦੇ ਹੋ ਕਿ ਕਿਸਾਨ ਆਪਣੀ ਜਗ੍ਹਾ ਸੱਚੇ ਆ, ਕਿਉਂਕਿ ਉੱਥੇ ਦਾ ਢਾਂਚਾ ਜਿੰਨਾ ਕੁ ਮੈਨੂੰ ਪਤਾ ਆ, ਜਿੰਨਾ ਕੁ ਆਪਾਂ ਜਾਣਦੇ ਹਾਂ ਕਿ ਉੱਥੇ ਇਸ ਤਰ੍ਹਾਂ ਦਾ ਢਾਂਚਾ ਸੀਗਾ ਕਿ ਛੋਟੀਆਂ ਛੋਟੀਆਂ ਜਿੱਦਾਂ ਕਹਿ ਲਓ ਕਿ ਕਿਸਾਨਾਂ ਦੀਆਂ ਮੰਡੀਆਂ ਟਾਈਪ ਬਣੀਆਂ ਹੋਈਆਂ ਸੀਗੀਆਂ, ਪਹਿਲਾਂ ਛੋਟੇ ਛੋਟੇ ਵਪਾਰੀ ਸੀਗੇ ਤੇ ਇਸ ਤਰ੍ਹਾਂ ਦਾ ਇੱਕ ਢਾਂਚਾ ਸੀ ਉਹਨਾਂ ਦਾ ਆਪਣੀ ਚੀਜ਼ ਵੇਚਣ ਦਾ, ਆਪਣੇ ਜੋ ਵੀ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਆ ਜੋ ਪ੍ਰੋਡਕਟਿਵਿਟੀ ਕਰਦੇ ਨੇ ਉਹ, ਤਾਂ ਉਹ ਵੇਚਣ ਦਾ ਇੱਕ ਉਹਨਾਂ ਦਾ ਆਪਣਾ ਢਾਂਚਾ ਸੀ। ਪਰ ਉਸ ਤੋਂ ਬਾਅਦ ਜਦੋਂ ਪ੍ਰਾਈਵੇਟ ਪਲੇਅਰ ਇਹਨਾਂ ਨੇ ਅਲਾਓ ਕੀਤੇ ਆ 2012 ਚ ਕੀਤਾ ਸੀ ਮੇਰੇ ਖਿਆਲ ਦੇ ਨਾਲ ਹਿਮਾਚਲ ਨੇ ਇਹੀ ਮਾਡਲ ਜਦੋਂ ਲਾਗੂ ਕੀਤਾ ਵਾ, ਤਾਂ ਉਸ ਤੋਂ ਬਾਅਦ ਇਹਨਾਂ ਨੇ ਸਭ ਤੋਂ ਪਹਿਲਾਂ ਵੱਡੇ ਸਟੋਰ ਬਣਾ ਲਏ, ਕਿਉਂਕਿ ਉਹਨਾਂ ਕੋਲ ਛੋਟੇ ਸਟੋਰ ਸੀ, ਛੋਟੇ ਸਟੋਰਾਂ ਦੇ ਮੁਕਾਬਲੇ ਵੱਡੇ ਸਟੋਰ ਆ ਗਏ, ਵੱਡੇ ਮੰਡੀ ਵਾਲੇ ਵੱਡੇ ਪਲੇਅਰ ਆ ਗਏ, ਵੱਡੇ ਉਹਨਾਂ ਦੇ ਭਾਅ ਵੀ ਆ ਗਏ। ਉਹ ਜਦੋਂ ਉਹਨਾਂ ਦਾ ਢਾਂਚਾ ਸੀਗਾ ਉਹ ਚਰਮਰਾ ਗਿਆ, ਫਿਰ ਉਸ ਤੋਂ ਬਾਅਦ ਹੁਣ ਹੌਲੀ ਹੌਲੀ ਦੇਖੋ ਉਹਨਾਂ ਨੇ ਆਕਰਸ਼ਿਤ ਕਰ ਲਿਆ ਆਪਦੇ ਵੱਲ ਉਹਨਾਂ ਨੂੰ ਜਿਹੜੇ ਉਤਪਾਦਕ ਸੀਗੇ, ਤਾਂ ਉਹਨਾਂ ਨੇ ਆਪਣਾ ਢਾਂਚਾ ਗਵਾ ਲਿਆ। ਹੁਣ ਜਦੋਂ ਢਾਂਚਾ ਸਾਰਾ ਉਹਨਾਂ ਦੇ ਹੱਥ ਆ ਗਿਆ, ਅਡਾਨੀ ਗਰੁੱਪ ਤੋਂ ਇਲਾਵਾ ਹੋਰ ਵੀ ਕਈ ਨੇ ਇਹਦੇ ਚ ਪ੍ਰਾਈਵੇਟ ਪਲੇਅਰ, ਕਿਉਂਕਿ ਇਹ ਸਾਰਾ ਤੁਹਾਨੂੰ ਪਤਾ ਹੀ ਆ ਕਿ ਜਦੋਂ ਖੇਡ ਖੁੱਲਾ ਹੋ ਜਾਂਦਾ, ਖੁੱਲਾ ਖੇਡ ਫਾਰੂਕਾਬਾਦੀ, ਤਾਂ ਵੱਖ ਵੱਖ ਸਰਮਾਏਦਾਰ ਆਉਂਦੇ, ਵਾਲਮਾਰਟ ਵੀ ਹੈ ਇਹਦੇ ਵਿੱਚ, ਮੇਰੇ ਖਿਆਲ ਦੇ ਨਾਲ ਇੱਕ ਹੋਰ ਮਲਟੀ ਨੈਸ਼ਨਲ ਕੰਪਨੀ ਹੈ ਜਿਹੜੀ ਉਹ ਵੀ ਆ, ਬਿਗ ਬਾਸਕਟ ਵੀ ਆ, ਤੇ ਇਸ ਤਰ੍ਹਾਂ ਕਈ ਪਲੇਅਰ ਨੇ ਉਹ। ਤਾਂ ਹੁਣ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਹੈ ਉਹ ਸੱਚੇ ਹੋਏ ਕਿ ਝੂਠੇ ਹੋਏ, ਆਹੀ ਚੀਜ਼ ਉਹ ਕਹਿੰਦੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਸੇਬ ਜਿਹੜਾ ਆ ਉਹ ਮੇਰੇ ਖਿਆਲ ਦੇ ਨਾਲ 100, 150, 200 ਤੋਂ ਘੱਟ ਨਹੀਂ ਹੈ ਗਾਹਕ ਕੋਲ ਪਹੁੰਚਦਾ। ਪਰ ਹੁਣ ਹੋਇਆ ਕੀ ਹੈ ਕਿ ਉਹਨਾਂ ਨੇ ਸਾਰਾ ਕੁਛ ਆਪ ਹੀ ਹਥਿਆ ਲਿਆ ਵਾ, ਜਿਵੇਂ ਸਰੋਂ ਅੱਡ, ਦਾਲਾਂ ਤੇ ਅੱਡ, ਸੇਬ ਅੱਡ, ਅਨਾਜ ਹੀ ਰਹਿੰਦਾ, ਅਨਾਜ ਵੀ ਉਹ ਖੇਡ ਆ। ਹੁਣ ਇਸ ਖੇਡ ਦੇ ਵਿੱਚ ਕਿੰਨਾ ਕੁ ਚਿਹਰਾ ਡੇ ਰਹਿੰਦੇ ਆ ਕਿਸਾਨ, ਵੱਡਾ ਸਵਾਲ ਆ। ਮੈਨੂੰ ਜੀ ਦਿੱਲੀ ਚੱਲਦੇ ਆ, ਕਿਉਂਕਿ ਗੱਲ ਨਾ ਕੀਤੀ ਗੁੱਡ ਮਾਰਨਿੰਗ ਸ਼ੋਅ ਦੇ, ਕਿਉਂਕਿ ਰਾਤ ਰਿਜ਼ਲਟ ਆਇਆ ਤੇ ਉਸ ਦੇ ਉੱਤੇ ਤੁਹਾਡੀ ਚਰਚਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਕਿਉਂਕਿ ਸੋਸ਼ਲ ਨੈਟਵਰਕ ਮੀਡੀਆ ਤੇ ਕਈ ਥਾਵਾਂ ਦੇ ਉੱਤੇ ਬਹੁਤ ਕੁਝ ਇਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਥੋੜੀ ਜਿਹੀ ਗੱਲ ਕਰਦਾ, ਕੀ ਕਹਿਣਾ ਚਾਹੋ? ਦੇਖੋ ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਔਰ ਆਪ ਤੇ ਹਾਰ ਗਏ ਨੇ, ਪਰ ਉਹਨਾਂ ਦੀ ਪਾਰਟੀ ਜਿੱਤ ਗਈ ਆ, ਸਪਸ਼ਟ ਬਹੁਮਤ ਲੈ ਗਏ ਨੇ ਉਹ, ਮੇਰੇ ਖਿਆਲ ਦੇ ਨਾਲ 46 ਚੋਂ 27 ਜਿੱਤ ਗਏ ਆ, 15 ਤੇ ਅਕਾਲੀ ਦਲ ਦਿੱਲੀ ਵਾਲੇ ਰਹਿ ਗਏ, ਤੇ ਕੁਛ ਪੰਥਕ ਲਹਿਰ ਨੂੰ ਵੀ ਲੱਗਦਾ ਕਿ ਇੱਕ ਸੀਟ ਮਿਲੀ ਆ, ਇਸ ਤੋਂ ਇਲਾਵਾ 2 ਆਜ਼ਾਦ ਜਿੱਤੇ ਆ। ਕਹਿਣ ਦਾ ਭਾਵ ਇਹ ਆ ਕਿ ਉਹਨਾਂ ਦੀ ਜਿੱਤ ਹੈ ਭਾਈ, ਅਕਾਲੀ ਦਲ ਬਾਦਲ ਦੀ ਜਿੱਤ ਆ, ਪਰ ਅਕਾਲੀ ਦਲ ਬਾਦਲ ਦੀ ਜਿੱਤ ਵਿੱਚ ਬਾਦਲ ਪਰਿਵਾਰ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ, ਕਿਉਂਕਿ ਇਹ ਉੱਥੇ ਗਿਆ ਹੀ ਨਹੀਂ ਹੈ। ਪਿਛਲੀ ਕੰਪੇਨ ਜਿਹੜੀ ਸੀਗੀ ਮੇਰੇ ਖਿਆਲ ਦੇ ਨਾਲ ਜਿਹੜੀ 2017 'ਚ ਇਲੈਕਸ਼ਨ ਹੋਈ ਆ, ਉਹਦੇ ਵਿੱਚ ਵੀ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਇਹਨਾਂ ਦਾ ਇਸਤੇਮਾਲ ਬਹੁਤ ਘੱਟ ਕੀਤਾ ਸੀ, ਵੱਡੇ ਫੇਸ ਜਿਹੜੇ ਆ ਬਾਦਲ ਫੈਮਿਲੀ ਦੇ, ਤੇ ਐਤਕੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਨਹੀਂ ਕੀਤਾ। ਇਹਨਾਂ ਨੇ ਮੈਨੂੰ ਪਤਾ ਲੱਗਿਆ ਕਿ ਜੀਕੇ ਨੂੰ ਕਿੰਨੀਆਂ ਸੀਟਾਂ ਮਿਲੀਆਂ, 2-4 ਉਹ ਵੀ ਲੈ ਕੇ ਗਏ ਹੋਣਗੇ ਮੇਰੇ ਖਿਆਲ ਦੇ ਨਾਲ, ਤੇ ਕਿਉਂਕਿ ਉਹ ਵੀ ਇਲੈਕਸ਼ਨ ਲੜ ਰਹੇ ਸੀਗੇ। ਬਹਿਰਾਲ ਦੇਖੋ ਆਪ ਹਾਰ ਗਏ, ਜਿਵੇਂ ਬੰਗਾਲ ਦੇ ਵਿੱਚ ਬੀਬੀ ਬਿਹਾਰ ਨੇ ਉਹਨਾਂ ਦਾ ਸਵਾਦ ਫਿੱਕਾ ਕਰ ਦਿੱਤਾ ਸੀ, ਉਹਦਾ ਸਵਾਦ ਤੇ ਫਿੱਕਾ ਹੁੰਦਾ, ਪਰ ਫਿਰ ਵੀ ਦੇਖੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਨਜਿੰਦਰ ਸਿੰਘ ਸਿਰਸਾ ਉੱਥੇ ਇਕੱਲਾ ਲੜ ਰਿਹਾ ਸੀਗਾ, ਵੱਖ ਵੱਖ ਧਿਰਾਂ ਸੀਗੀਆਂ ਉਹਦੇ ਮੁਕਾਬਲੇ 'ਚ, ਤਾਂ ਉਹ ਜਿਹੜੀ ਵੋਟਿੰਗ ਹੋਈ ਆ 37% ਮੈਨੂੰ ਲੱਗਦਾ ਕਿ ਵੋਟ ਪੋਲ ਹੋਈ ਆ, ਤਾਂ ਉਹਦੇ ਵਿੱਚ ਉਹਨਾਂ ਨੇ ਉਹਨੂੰ ਹੀ ਇੱਕ ਮੌਕਾ ਦਿੱਤਾ, ਜਾਂ ਕਹਿ ਲਓ ਉਹਦੀ ਅਗਵਾਈ 'ਚ ਸੇਵਾ ਜਿਹੜੀ ਆ ਅਕਾਲੀ ਦਲ ਬਾਦਲ ਨੂੰ ਦਿੱਤਾ, ਹਾਲਾਂਕਿ ਉਹਨੂੰ ਨਕਾਰ ਦਿੱਤਾ ਹੈ। ਇਹ ਦਿੱਲੀ ਦੇ ਵੋਟਰ ਦੀ ਤਬੀਅਤ ਦਿਲਚਸਪ ਰਹੀ ਆ ਹਮੇਸ਼ਾ। ਮੇਰੀ ਕੱਲ ਸੱਜਣ ਸਨ ਦਿੱਲੀ ਦੇ, ਕੁਝ ਮਿੱਤਰ ਦਿੱਲੀ ਦੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਇੰਨੀ ਘੱਟ ਵੋਟਿੰਗ ਕਿਉਂ ਹੋਈ ਹੈ, ਕਿਉਂਕਿ
ਜਿਹੜੇ ਅੰਕੜੇ ਸਨ, ਜਿਹੜੇ ਰਿਜ਼ਲਟ ਸਨ, ਉਹ ਸਰਨਾ ਫੈਮਿਲੀ ਸਰਨਾ ਗਰੁੱਪ ਨੂੰ ਜਿਤਾ ਰਹੇ ਸਨ। ਉਹਨਾਂ ਨੂੰ 28 ਤੋਂ 23 ਸੀਟਾਂ ਦਿੱਤੀਆਂ ਜਾ ਰਹੀਆਂ ਸਨ, 23 ਦਿੱਤੀਆਂ ਜਾ ਰਹੀਆਂ ਸੀ। ਕੁਝ ਰਲਵੀਂ ਮਿਲਵੀਂ ਬੇਟੀ ਬਣਨ ਦੀਆਂ ਸੰਭਾਵਨਾ ਸਨ। ਚਲੋ ਜੋ ਵੀ ਹੋਇਆ, ਰਲਵੀਂ ਮਿਲਵੀਂ ਬਣਦੀ ਤਾਂ ਸ਼ਾਇਦ ਕੁਝ ਹੋਰ ਵੀ ਫਾਇਦਾ ਹੁੰਦਾ, ਭਾਵੇਂ ਵਾਗਡੋਰ ਇਹਨਾਂ ਦੇ ਹੱਥ ਵਿੱਚ ਰਹਿੰਦੀ, ਚੰਮਦੀਆਂ ਨਾ ਚੱਲਦੀਆਂ। ਔਰ ਉਹ ਕਹਿ ਰਹੇ ਸੀ ਕਿ ਇਹ ਜਿਹੜੇ ਬਾਕੀ ਦੇ, ਮੈਂ ਕਿਹਾ ਕਾਨੂੰਨੀ ਲੋਕ ਨਿਕਲੇ, ਕਹਿੰਦੇ ਜੀ ਜਿਹੜੇ ਧਰਮੀ ਬੰਦੇ ਨੇ, ਉਹਨਾਂ ਸੱਚੀ ਗੱਲ ਕੀ, ਧਰਮੀ ਬੰਦੇ ਨੇ ਅਤੇ ਉਹ ਘਰਾਂ 'ਚ ਨੇ ਜਿਹੜੇ ਖਾਣ ਪੀਣ ਵਾਲੇ ਅਤੇ ਜਾਂ ਜਿਹੜੇ ਚੋਣਾਂ ਦੇ ਵਿੱਚ ਰੁਚੀ ਰੱਖਣ ਵਾਲੇ ਜਿਹੜੇ ਉਹ ਲੋਕ ਨਿਕਲੇ ਨੇ, ਬਾਕੀ ਲੋਕ ਧਰਮੀ ਜਿਹੜੇ ਕਹਿੰਦੇ ਕਿ ਸਾਨੂੰ ਇਸ ਕੰਮ ਦੇ ਵਿੱਚ ਅਸੀਂ ਕੀ ਲੈਣਾ, ਜਾ ਕੇ ਅਸੀਂ ਰੱਬ ਨੂੰ ਮੰਨਣਾ, ਅਸੀਂ ਗੁਰਦੁਆਰਾ ਸਾਹਿਬ ਜਾਣਾ, ਮੱਥਾ ਟੇਕਣਾ ਅਤੇ ਟੇਕ ਕੇ ਆ ਜਾਣਾ। ਪਰ ਮੈਂ ਸਮਝਦਾ ਕਿ ਉਹ ਵੀ ਸਹੀ ਗੱਲ ਨਹੀਂ ਹੈ। ਤੁਸੀਂ ਸਹੀ ਬੰਦੇ ਦੀ ਚੋਣ ਤਾਂ ਜਿੱਤੋ, ਸਹੀ ਬੰਦੇ ਦੀ ਚੋਣ ਤਾਂ ਕਰੋ। ਇੰਨੇ ਵੀ ਦਿੱਲੀ ਦੇ ਜਿਹੜੇ ਮਿਸਾਲ ਦਿੱਤੀ ਜਾਂਦੀ ਸੀ ਕਿ ਜੇ ਸਿੱਖੀ ਦੇਖਣੀ ਹੈ ਤਾਂ ਦਿੱਲੀ ਵਾਲੇ ਜਿਹੜੇ ਸਿੱਖਾਂ ਦੇ ਕੋਲੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋਏ ਨੇ। ਖੈਰ ਐਨੀਵੇ, ਜੋ ਕੁਝ ਵੀ ਸੇਵਾ ਸੰਭਾਲ ਹੋਈ ਹੈ ਜੀ ਉਹਨਾਂ ਨੂੰ ਜਿੱਤਣ ਵਾਲਿਆਂ ਨੂੰ ਮੁਬਾਰਕਾਂ, ਚੰਗਾ ਕੀਤਾ ਹੋਊਗਾ ਤਾਂ ਫਿਰ ਹੀ ਜਿੱਤੀ ਹੈ ਨਾ। ਪੰਜਾਬ ਦੇ ਇੱਕ ਜ਼ਿਲ੍ਹੇ 'ਚੋਂ ਰਾਜਸੀ ਸਰਗਰਮੀਆਂ ਨੂੰ ਬ੍ਰੇਕਾਂ ਲੱਗਣ ਦੀ ਖਬਰ ਹੈ। ਪਾਓ ਹਾਂ ਚਰਨਾ ਜਰਾਕ ਕਿਤੇ ਨਾ ਕਿਤੇ ਖੜੋਤ ਹੈ। ਇੱਕ ਤੇ ਜਿਵੇਂ ਕਾਂਗਰਸ ਦਾ ਆਪਣਾ ਝਮੇਲਾ, ਆਮ ਆਦਮੀ ਪਾਰਟੀ ਦਾ ਵੀ ਆਪਣਾ ਇੱਕ ਝਮੇਲਾ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੁਛ ਜਿਵੇਂ ਸਰਗਰਮੀਆਂ ਚੱਲਦੀਆਂ, ਸੁਖਬੀਰ ਸਿੰਘ ਬਾਦਲ ਹੁਰੀ ਕਰ ਰਹੇ ਨੇ ਤਾਂ ਉਹ ਵਿਰੋਧ ਜਿਹੜਾ ਥੋੜਾ ਉਹਨੂੰ ਬ੍ਰੇਕ ਪਾ ਰਿਹਾ। ਪਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਕਹਿੰਦੇ ਕਿ ਬਹੁਤ ਸਾਰੇ ਪਿੰਡ ਨੇ, ਜਿਹੜਾ ਝੀਂਸਾ ਹੋਰਾਂ ਦਾ ਪਿੰਡ ਉਭਾ ਵਾਲ, ਉੱਥੇ ਵੀ ਬਾਈਕਆਊਟ ਕਰ ਦਿੱਤਾ ਗਿਆ। ਤੇ ਵੈਸੇ ਕਮਾਲ ਦੀ ਗੱਲ ਆ ਕਿ ਕੱਲ ਹੀ 3 ਲੀਡਰ ਬੋਲੇ ਨੇ ਇੱਥੇ ਪੰਜਾਬ ਦੀ ਧਰਤੀ ਤੇ। ਇਹਨਾਂ ਲੀਡਰਾਂ ਨੇ ਕਿਹਾ ਕਿ ਸਾਡੀ ਕੋਈ ਕਾਲ ਨਹੀਂ, ਅਸੀਂ ਸਿਰਫ ਭਾਜਪਾ ਦੇ ਕਰਾਓ ਦਾ ਕਿਹਾ। ਉਸ ਦਿਨ ਵੀ ਗੱਲ ਕਹੀ ਸੀਗੀ, ਅੱਜ ਵੀ ਕਹਿ ਰਿਹਾ 3 ਲੀਡਰ ਰਾਜੇਵਾਲ, ਦਰਸ਼ਨਪਾਲ, ਉਗਰਾਹਾਂ। ਉਹ ਕਹਿੰਦੇ ਕਿ ਜਿਹੜੇ ਲੋਕ ਵੀ ਵਿਰੋਧ ਕਰ ਰਹੇ ਆ, ਕਰਾਓ ਕਰ ਰਹੇ ਆ, ਉਹ ਆਪਣੇ ਪੱਧਰ ਤੇ ਕਰ ਰਹੇ ਆ, ਸਾਡੀ ਕਾਲ ਨਹੀਂ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਔਰ ਉਗਰਾਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਘਾਟੇਬੰਦੀ ਚੀਜ਼ ਹੋਏਗੀ ਸਾਡੇ ਵਾਸਤੇ, ਕੰਟਰੋਵਰਸੀ ਅੱਗੇ ਜਾਂ ਕ੍ਰੀਏਟ ਹੋਏਗੀ, ਸਾਡੇ ਵਾਸਤੇ ਘਾਟੇਬੰਦੀ ਹੋਏਗੀ। ਬਹਿਰਹਾਲ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਇਹ 3 ਨੇਤਾ ਨੇ, ਇਹਨਾਂ ਨੇ ਬਿਆਨ ਦੇ ਦਿੱਤਾ ਤੇ ਜਿਹੜੇ ਲੋਕ ਨੇ ਆਪ ਮੁਹਾਰੇ ਕੋਈ ਵੀ ਲੀਡਰ ਆਇਆ ਉਹਦਾ ਵਿਰੋਧ ਕਰ ਰਹੇ ਨੇ, ਭਾਵੇਂ ਗੁੱਟਬੰਦੀ ਵੀ ਹੋ ਸਕਦੀ ਹੈ, ਕੁਝ ਕਿਸ ਤਰੀਕੇ ਨਾਲ ਹੋ ਸਕਦਾ ਕਿ ਕੋਈ ਸੁਹਿਰਦ ਕਿਸਾਨ ਵੀ ਹੁਣ ਉੱਥੇ ਵੀ ਗਏ ਨੇ, ਰੌਲਾ ਰੱਪਾ ਬੜਾ ਪੈ ਰਿਹਾ ਕਿ ਉਹ ਇਹਨਾਂ ਦੀ ਇਹ ਗੱਲ ਮੰਨਣ ਤੋਂ ਇਨਕਾਰੀ ਨੇ ਕਿ ਤੁਸੀਂ ਇਹਨਾਂ ਨੇਤਾਵਾਂ ਦੇ ਬਿਲਕੁਲ ਲਾਗੇ ਹੋ ਸਕਦੇ, ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ। ਦੇਖੋ ਗੱਲ ਇਹ ਹੈ ਕਿ ਜਦੋਂ ਹੁਣ ਇਹਲੇ ਪੱਧਰ ਤੇ ਇਸ ਤਰ੍ਹਾਂ ਦਾ ਹੋਏਗਾ, ਕਿਉਂਕਿ ਇੱਕ ਚੀਜ਼ ਤੁਹਾਨੂੰ ਵੇਖਣੀ ਪੈਗੀ ਕਿ ਮਲੋਟ ਦੇ ਵਿੱਚ ਵੀ ਟਕਰਾਓ ਚੱਲਿਆ ਸੀ, ਟਕਰਾਓ ਹੋ ਰਹੇ ਨੇ, ਦੜਵਾਏ ਚ ਉਹ ਚੱਲਿਆ ਸਰ, ਨੁਕਸਾਨ ਹੋਏਗਾ, ਇੱਕਲੇ ਪੱਧਰ ਤੇ ਨੁਕਸਾਨ ਹੋਏਗਾ, ਕਾਡਰ ਕਾਡਰ ਨਾਲ ਟਕਰਾਏਗਾ, ਸਾਰੇ ਜ਼ਿਆਦਾਤਰ ਕਿਸਾਨ ਨੇ। ਉਹਦੇ ਚ ਕੀ ਹੁੰਦਾ ਵਾ ਕਿ ਜਦੋਂ ਇਸ ਤਰ੍ਹਾਂ ਦੀ ਫਿਰ ਟਕਰਾਓ ਵਾਲੀ ਸਥਿਤੀ ਪੈਦਾ ਹੋਏਗੀ, ਉਹ ਆਪਸ ਦੇ ਵਿੱਚ ਉਲਝ ਜਾਣਗੇ, ਇੱਕ ਥਾਂ ਤੇ ਉਹ ਭਾਰੀ ਹੋ ਗਏ ਤਾਂ ਦੂਜੀ ਥਾਂ ਤੇ ਉਹ ਭਾਰੀ ਹੋ ਕੇ ਚਲੇ ਜਾਣਗੇ। ਇਸ ਕਰਕੇ ਸ਼ਾਇਦ, ਕਿਉਂਕਿ ਦੇਖੋ ਜਦੋਂ ਵਾਗਡੋਰ ਉਹਨਾਂ ਦੇ ਹੱਥ ਚ ਆ, ਇੱਕ ਪਾਸੇ ਤੇ ਝੰਡੇ ਜਿਹੜੇ ਆ, ਤੁਸੀਂ ਸਵਾਲ ਜਵਾਬ ਕਰਨਾ ਤਾਂ ਮੇਰੇ ਖਿਆਲ ਦੇ ਨਾਲ ਇਹ ਸਿਲਸਿਲਾ ਤਾਂ ਤੋੜਨਾ ਚਾਹੀਦਾ ਮੋਰੇ, ਪਰ ਝੰਡੇ ਜਿਹੜੇ ਜਥੇਬੰਦੀਆਂ ਦੇ ਨਹੀਂ ਹੋਣੇ ਚਾਹੀਦੇ। ਤੁਸੀਂ ਝੰਡੇ ਰੱਖ ਕੇ ਸਿੱਧੇ ਜਾਓ ਵੋਟਰ ਦੇ ਤੌਰ ਤੇ, ਤੁਹਾਨੂੰ ਕੋਈ ਨੀ ਰੋਕ ਸਕਦਾ ਜਦ ਉਹ ਕਹਿ ਰਹੇ ਆ। ਕਿਉਂਕਿ ਦੇਖੋ ਗੱਲ ਕੀ ਹੈ ਕਿ ਉਹਨਾਂ ਨੂੰ ਇਸੇ ਗੱਲ ਦਾ ਹੀ ਡਰ ਆ ਕਿ ਜਦੋਂ ਕੋਈ ਪੁੱਠਾ ਪੰਗਾ ਪੈ ਜਾਂਦਾ ਫਿਰ ਗੱਲ ਆ ਜਾਂਦੀ ਮੋਹਤ ਥਾਂ ਤੇ, ਮੀਡੀਆ ਜਿਹੜਾ ਉਹਨਾਂ ਨੂੰ ਘੇਰ ਲੈਂਦਾ। ਤਾਂ ਮੋਹਤ ਮਾਰ ਕਹਿੰਦੇ ਕਿ ਜਦ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਦਿੱਤਾ ਤਾਂ ਆਪਣੇ ਪੱਧਰ ਤੇ ਇਹੋ ਜਿਹਾ ਨਾ ਕਰੋ, ਜੇ ਕਰਨਾ ਵਾ ਤਾਂ ਤੁਸੀਂ ਆਪਣੇ ਲੈਵਲ ਤੇ, ਜਿੱਦਾਂ ਇੱਕ ਬੰਦੇ ਦੇ ਨਾਗਰਿਕ ਦੇ ਅਧਿਕਾਰ ਨੇ, ਤੁਸੀਂ ਆਪਣੇ ਪੱਧਰ ਤੇ ਸਵਾਲ ਜਵਾਬ ਕਰੋ। ਇਸ ਹੱਕ ਦੇ ਵਿੱਚ ਤਾਂ ਮੈਂ ਵੀ ਹਾਂ ਕਿ ਸਵਾਲ ਜਵਾਬ ਹੋਣੇ ਚਾਹੀਦੇ ਆ। ਨੋ ਡਾਊਟ ਕੋਈ ਵੀ ਅੱਗੇ ਏ ਬੀ ਸੀ ਕਿਸੇ ਵੀ ਪਾਰਟੀ ਦੇ, ਕੋਈ ਸ਼ੱਕ ਨਹੀਂ ਆ ਕਿ ਚਲੋ ਹਰੇਕ ਦਾ ਆਪਣਾ ਹੇਠਲੇ ਪੱਧਰ ਤੇ ਕਾਡਰ ਹੁੰਦਾ ਤਾਂ ਉਹਨੂੰ ਪਸੰਦ ਨਹੀਂ ਆਉਂਦੇ ਸਵਾਲ ਜਵਾਬ ਜਦੋਂ ਕੀਤੇ ਜਾਂਦੇ ਉਹਨਾਂ ਦੇ ਲੀਡਰਾਂ ਤੋਂ। ਪਰ ਇਹ ਹੋਣਾ ਚਾਹੀਦਾ ਕਿ ਇੱਕ ਹੈਲਦੀ ਸਮਾਜ ਆ ਜਿਹੜਾ ਜ਼ਰੂਰ ਹੋਣਾ ਚਾਹੀਦਾ। ਪਰ ਰਾਜੇਵਾਲ ਜੀ ਇੱਥੇ ਤਾਂ ਕਹਿ ਗਏ ਨੇ ਜਦੋਂ ਕੱਲ ਮੀਟਿੰਗ ਤੋਂ ਬਾਹਰ ਨਿਕਲੇ ਆ ਅਮਰਿੰਦਰ ਸਿੰਘ ਦੇ ਨਾਲ, ਪਰੰਤੂ ਇਹਨਾਂ ਦੀ ਆਪਣੀ ਜਥੇਬੰਦੀ ਦੇ ਇੱਕ ਲੈਟਰ ਹੈਡ ਤੇ ਮੈਂ ਬਾਈਕਾਟ ਦੇਖ ਰਿਹਾ ਸੀਗਾ ਭੁੱਲਰੇੜੀ ਪਿੰਡ ਦਾ, ਤੇ ਉੱਥੋਂ ਦੀ ਇਹਨਾਂ ਦੀ ਜਥੇਬੰਦੀ ਦੀ ਅਕਾਈ ਨੇ ਕੀਤਾ।
ਕਿ ਜੇ ਕੋਈ ਸਾਡੇ ਪਿੰਡ ਦੇ ਵਿੱਚ ਆ ਗਿਆ ਖੁਸ਼ੀ ਗਮੀ ਤੇ ਲੀਡਰ ਤੇ ਉਸ ਪਰਿਵਾਰ ਦਾ ਬਾਈਕਾਟ ਕਰ ਦਾਂਗੇ, ਇਸ ਤਰ੍ਹਾਂ ਦਾ ਕੁਝ ਲਿਖਿਆ ਹੋਇਆ ਸੀਗਾ। ਇਹ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਮੇਰੇ ਖਿਆਲ ਦੇ ਨਾਲ ਕਲੀਅਰ ਇਹ ਵੀ ਕਲੀਅਰ ਕਰਨੀ ਚਾਹੀਦੀ ਹੈ ਕਿ ਕਿਸੇ ਕੋਈ ਮੰਨ ਲਓ ਕਿ ਤੁਸੀਂ ਸਵਾਲ ਜਵਾਬ ਕਰਨਾ ਭਾਈ ਇੱਕ ਵੋਟਰ ਦੇ ਤੌਰ ਤੇ ਜਿਹਦੇ ਨਾਲ ਮਰਜ਼ੀ ਕਰੋ, ਉਹ ਤਾਂ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਉਹ ਤਾਂ ਅਗਲੇ ਦਾ ਅਧਿਕਾਰ ਆ। ਹਾਂ ਭਾਈ, ਜਥੇਬੰਦੀਆਂ ਦਾ ਲੈਟਰ ਹੈਡ, ਜਥੇਬੰਦੀਆਂ ਦਾ ਕਹਿ ਲਓ ਕਿ ਝੰਡਾ ਜਿਹੜਾ ਉਹਨੂੰ ਵਰਤਣ ਤੋਂ ਗਰੇਜ਼ ਕਰੋ ਤਾਂ ਕਿ ਇੱਕ ਕੌਨਫਲਿਕਟ ਨਾ ਪੈਦਾ ਹੋਵੇ। ਵੇਖੋ ਗੱਲ ਇਹ ਹੈ ਕਿ ਜੇ ਕਿਸੇ ਪਿੰਡ ਦੇ ਵਿੱਚ ਕੋਈ ਵੀ ਮੰਨ ਲਓ ਕਿਸੇ ਵੀ ਪਿੰਡ ਦੇ ਵਿੱਚ ਕੋਈ ਬੰਦੇ ਦੇ ਘਰ ਵਿਆਹ ਸ਼ਾਦੀ ਆ ਜਾਂ ਮਰਨ ਜੰਮਣਾ ਹੈ ਅਤੇ ਕੋਈ ਉਸ ਪਿੰਡ ਦੇ ਵਿੱਚ ਰਹਿਣ ਵਾਲਾ, ਉਹਦਾ ਕੋਈ ਮਾਮਾ, ਉਹਦਾ ਕੋਈ ਚਾਚਾ ਹੈ, ਉਹਦਾ ਕੋਈ ਜਵਾਈ ਭਾਈ ਹੈ, ਉਹ ਕਿਸੇ ਰਾਜਨੀਤਿਕ ਪਦ ਦੇ ਕਿਸੇ ਵੀ ਪਾਰਟੀ ਦੇ ਨਾਲ ਹੈ ਅਤੇ ਉਹ ਆਪਣੇ ਪਰਿਵਾਰ ਦੇ ਵਿਆਹ ਸ਼ਾਦੀਆਂ ਗਮੀਆਂ ਦੇ ਵਿੱਚ ਸ਼ਾਮਿਲ ਹੋਣ ਆਉਂਦਾ ਹੈ, ਤਾਂ ਉਸ ਪਰਿਵਾਰ ਦਾ ਵੀ ਬਾਈਕਾਟ ਇਸ ਤਰੀਕੇ ਦੇ ਨਾਲ ਕਰਕੇ ਤੁਸੀਂ ਜਿਹੜਾ ਬਿਆਨਬਾਜ਼ੀ ਦੇ ਕੇ, ਅਤੇ ਬਿਲਕੁਲ ਮੈਂ ਤੁਹਾਡੇ ਨਾਲ ਉਸ ਗੱਲ ਨਾਲ 100% ਸਹਿਮਤ ਹਾਂ ਕਿ ਵੰਡੀਆਂ ਅਤੇ ਧੜੇ ਬਣਦੇ ਨੇ ਅਤੇ ਫਿਰ ਆਪਸੀ ਖਹਿਬਾਜ਼ੀਆਂ ਇਹੀ ਹੁੰਦੀਆਂ ਨੇ। ਤੁਸੀਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਅਕਾਲੀ ਅਤੇ ਕਾਂਗਰਸੀ ਹੁੰਦੇ ਸੀ, ਉਹ ਕਿਵੇਂ ਡਾਂਗੋ ਡਾਂਗੀ ਗੰਡਾਸੀਓ ਗੰਡਾਸੀ ਗੋਲੀਆਂ ਵੀ ਚੱਲਦੀਆਂ ਵੇਖੀਆਂ, ਪਰਚੇ ਉਹਨਾਂ 'ਤੇ ਹੁੰਦੇ ਸੀ ਅਤੇ ਜਿਹੜੇ MLA ਚੁਣੇ ਜਾਂਦੇ ਸੀ ਉਹ ਇੱਕ ਅੱਧੇ ਪਿੰਡ 'ਚ ਗੇੜਾ ਮਾਰਦੇ ਸੀ, ਮੁੜ ਕੇ ਫਿਰ ਸਾਰੀ ਉਮਰ ਇਹਨਾਂ ਦੀਆਂ ਦੁਸ਼ਮਣੀਆਂ ਆਪਸ ਵਿੱਚ ਹੀ ਜਿਹੜੀਆਂ ਨੇ ਉਹ ਖਹਿਬਾਜ਼ੀਆਂ ਹੁੰਦੀਆਂ ਵੇਖ ਕੇ ਜਵਾਨ ਹੋਏ ਆ। ਸੋ ਇਹ ਤੋਂ ਉੱਠਣਾ ਚਾਹੀਦਾ ਉੱਤੇ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਜੇ ਜਾਂ ਤਾਂ ਨੇਤਾਵਾਂ ਦੀ ਮੰਨੋ ਨਾ ਅਤੇ ਜੇ ਮੰਨਣੀ ਹੈ ਤਾਂ ਫਿਰ ਆਪਣੀਆਂ ਨਾ ਚਲਾਓ। ਬਹੁਤ ਬਹੁਤ ਧੰਨਵਾਦ, ਰਾਤ ਨੂੰ ਮਿਲਦੇ ਹਾਂ ਫਿਰ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।